ਦਵਿੰਦਰ ਪਾਲ ਸਿੰਘ ਭੁੱਲਰ ਨੂੰ ਲੈ ਕੇ ਵੱਡੀ ਖਬਰ ਹੈ। ਉਹਨਾਂ ਦੀ ਰਿਹਾਈ ਨੂੰ ਲੈ ਕੇ ਐਲਜੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਦਵਿੰਦਰ ਪਾਲ ਸਿੰਘ ਭੁੱਲਰ ਦੀ ਜੋ ਸਿਹਤ ਹੈ ਉਹ ਠੀਕ ਨਹੀਂ ਹੈ। ਉਹਨਾਂ ਨੇ ਆਪਣੀ ਸਜ਼ਾ ਵੀ ਪੂਰੀ ਕਰ ਲਈ ਹੈ ਤੇ 28 ਸਾਲ ਦੇ ਤਕਰੀਬਨ ਸਮਾਂ ਹੋ ਚੁੱਕਿਆ ਉਹਨਾਂ ਨੂੰ ਜੇਲ੍ਹ ਦੇ ਅੰਦਰ ਤੇ ਸਿਹਤ ਠੀਕ ਨਹੀਂ ਹੈ। ਉਹਨਾਂ ਨੂੰ ਜਲਦ ਰਿਹਾ ਕੀਤਾ ਜਾਵੇ ਤੇ ਆਓ ਸੁਣਾਉਣੇ ਹੋਰ ਕੀ ਕਹਿਣਾ ਹੈ। ਮੈਂ ਐਲਜੀ ਸਾਹਿਬ ਨੂੰ ਮਿਲਿਆ ਸੀ, ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਜਿਹੜੀ ਇੱਥੇ ਸੈਂਟੈਂਸ ਰਿਵਿਊ ਬੋਰਡ ਹੈ ਉਹਦੇ ਕੋਲ ਲੈ ਕੇ ਜਾਣ, ਉਹਦੀ ਮੀਟਿੰਗ ਜਲਦ ਬੁਲਾਉਣ, ਕੋਈ ਦਿੱਲੀ ਸਰਕਾਰ ਕੇਜਰੀਵਾਲ ਸਰਕਾਰ ਸੁੱਤੀ ਹੈ ਔਰ ਐਲਜੀ ਸਾਹਿਬ ਉਹਦੇ ਇੰਟਰਵਿਊ ਕਰਕੇ ਉਹਦੀ ਮੀਟਿੰਗ ਬੁਲਾ ਕੇ, ਕਿਉਂਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ, ਪਿਛਲੇ ਕਈ ਸਾਲਾਂ ਉਹਦਾ ਇਲਾਜ ਚੱਲਦਾ ਹੈ ਔਰ 28 ਸਾਲ ਉਹਨੂੰ ਹੋ ਵੀ ਗਏ। ਮੈਂ ਬੇਨਤੀ ਕੀਤੀ ਕਿ ਉਹਦਾ ਜਿਹੜਾ ਮਾਮਲਾ ਹੈ ਉਹ ਕੰਸਿਡਰ ਕਰਕੇ ਉਹਦੀ ਜਿਹੜੀ ਸਜ਼ਾ ਹੈ ਉਹਨੂੰ ਮਾਫ਼ ਕਰਕੇ ਉਹਨੂੰ ਰਿਹਾਈ ਦਿੱਤੀ ਜਾਏ, ਕਿਉਂਕਿ ਉਹਦੀ ਨਾ ਮਾਨਸਿਕ ਨਾ ਸਰੀਰਕ ਹਾਲਤ ਇਹੋ ਜਿਹੀ ਨਹੀਂ ਕਿ ਉਹ ਹੁਣ ਜੇਲ੍ਹ 'ਚ ਰਹਿ ਸਕਦਾ ਹੈ ਔਰ ਜਿੰਨੇ ਵੀ ਕਾਨੂੰਨੀ ਦਾਇਰੇ ਨੇ ਉਹਦੇ 'ਚ ਉਹ ਪੂਰਾ ਉਤਰਦਾ ਹੈ ਔਰ ਐਲਜੀ ਸਾਹਿਬ ਨੇ ਉਹਨੂੰ ਸ਼ੋਰ ਕੀਤਾ ਹੈ ਕਿ ਉਹ ਇਹ ਮਾਮਲਾ ਦਿੱਲੀ ਸਰਕਾਰ ਕੋਲ ਲੈ ਕੇ ਜਾਣ। ਮੈਂ ਐਲਜੀ ਸਾਹਿਬ ਨੂੰ ਮਿਲਿਆ ਸੀ, ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਜਿਹੜੀ ਇੱਥੇ ਸੈਂਟੈਂਸ ਰਿਵਿਊ ਬੋਰਡ ਹੈ ਉਹਦੇ ਕੋਲ ਲੈ ਕੇ ਜਾਣ, ਉਹਦੀ ਮੀਟਿੰਗ ਜਲਦ ਬੁਲਾਉਣ, ਕੋਈ ਦਿੱਲੀ ਸਰਕਾਰ ਕੇਜਰੀਵਾਲ ਸਰਕਾਰ ਸੁੱਤੀ ਹੈ ਔਰ ਐਲਜੀ ਸਾਹਿਬ ਉਹਦੇ ਇੰਟਰਵਿਊ ਕਰਕੇ ਉਹਦੀ ਮੀਟਿੰਗ ਬੁਲਾ ਕੇ, ਕਿਉਂਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ, ਪਿਛਲੇ ਕਈ ਸਾਲਾਂ ਉਹਦਾ ਇਲਾਜ ਚੱਲਦਾ ਹੈ ਔਰ 28 ਸਾਲ ਉਹਨੂੰ ਹੋ ਵੀ ਗਏ। ਮੈਂ ਬੇਨਤੀ ਕੀਤੀ ਕਿ ਉਹਦਾ ਜਿਹੜਾ ਮਾਮਲਾ ਹੈ ਉਹ ਕੰਸਿਡਰ ਕਰਕੇ ਉਹਦੀ ਜਿਹੜੀ ਸਜ਼ਾ ਹੈ ਉਹਨੂੰ ਮਾਫ਼ ਕਰਕੇ ਉਹਨੂੰ ਰਿਹਾਈ ਦਿੱਤੀ ਜਾਏ, ਕਿਉਂਕਿ ਉਹਦੀ ਨਾ ਮਾਨਸਿਕ ਨਾ ਸਰੀਰਕ ਹਾਲਤ ਇਹੋ ਜਿਹੀ ਨਹੀਂ ਕਿ ਉਹ ਹੁਣ ਜੇਲ੍ਹ 'ਚ ਰਹਿ ਸਕਦਾ ਹੈ ਔਰ ਜਿੰਨੇ ਵੀ ਕਾਨੂੰਨੀ ਦਾਇਰੇ ਨੇ ਉਹਦੇ 'ਚ ਪੂਰਾ ਉਤਰਦਾ ਹੈ ਔਰ ਐਲਜੀ ਸਾਹਿਬ ਨੇ ਉਹਨੂੰ ਸ਼ੋਰ ਕੀਤਾ ਹੈ ਕਿ ਉਹ ਇਹ ਮਾਮਲਾ ਦਿੱਲੀ ਸਰਕਾਰ ਕੋਲ ਲੈ ਕੇ ਜਾਣ। ਮੈਂ ਐਲਜੀ ਸਾਹਿਬ ਨੂੰ ਮਿਲਿਆ ਸੀ, ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਜਿਹੜੀ ਇੱਥੇ ਸੈਂਟੈਂਸ ਰਿਵਿਊ ਬੋਰਡ ਹੈ ਉਹਦੇ ਕੋਲ ਲੈ ਕੇ ਜਾਣ, ਉਹਦੀ ਮੀਟਿੰਗ ਜਲਦ ਬੁਲਾਉਣ, ਕੋਈ ਦਿੱਲੀ ਸਰਕਾਰ ਕੇਜਰੀਵਾਲ ਸਰਕਾਰ ਸੁੱਤੀ ਹੈ ਔਰ ਐਲਜੀ ਸਾਹਿਬ ਉਹਦੇ ਇੰਟਰਵਿਊ ਕਰਕੇ ਉਹਦੀ ਮੀਟਿੰਗ ਬੁਲਾ ਕੇ, ਕਿਉਂਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ, ਪਿਛਲੇ ਕਈ ਸਾਲਾਂ ਉਹਦਾ ਇਲਾਜ ਚੱਲਦਾ ਹੈ ਔਰ 28 ਸਾਲ ਉਹਨੂੰ ਹੋ ਵੀ ਗਏ। ਮੈਂ ਬੇਨਤੀ ਕੀਤੀ ਕਿ ਉਹਦਾ ਜਿਹੜਾ ਮਾਮਲਾ ਹੈ ਉਹ ਕੰਸਿਡਰ ਕਰਕੇ ਉਹਦੀ ਜਿਹੜੀ ਸਜ਼ਾ ਹੈ ਉਹਨੂੰ ਮਾਫ਼ ਕਰਕੇ ਉਹਨੂੰ ਰਿਹਾਈ ਦਿੱਤੀ ਜਾਏ, ਕਿਉਂਕਿ ਉਹਦੀ ਨਾ ਮਾਨਸਿਕ ਨਾ ਸਰੀਰਕ ਹਾਲਤ ਇਹੋ ਜਿਹੀ ਨਹੀਂ ਕਿ ਉਹ ਹੁਣ ਜੇਲ੍ਹ 'ਚ ਰਹਿ ਸਕਦਾ ਹੈ ਔਰ ਜਿੰਨੇ ਵੀ ਕਾਨੂੰਨੀ ਦਾਇਰੇ ਨੇ ਉਹਦੇ 'ਚ ਪੂਰਾ ਉਤਰਦਾ ਹੈ ਔਰ ਐਲਜੀ ਸਾਹਿਬ ਨੇ ਉਹਨੂੰ ਸ਼ੋਰ ਕੀਤਾ ਹੈ ਕਿ ਉਹ ਇਹ ਮਾਮਲਾ ਦਿੱਲੀ। ਮੈਂ ਐਲਜੀ ਸਾਹਿਬ ਨੂੰ ਮਿਲਿਆ ਸੀ, ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਜਿਹੜੀ ਇੱਥੇ ਸੈਂਟੈਂਸ ਰਿਵਿਊ ਬੋਰਡ ਹੈ ਉਹਦੇ ਕੋਲ ਲੈ ਕੇ ਜਾਣ, ਉਹਦੀ ਮੀਟਿੰਗ ਜਲਦ ਬੁਲਾਉਣ, ਕੋਈ ਦਿੱਲੀ ਸਰਕਾਰ ਕੇਜਰੀਵਾਲ ਸਰਕਾਰ ਸੁੱਤੀ ਹੈ ਔਰ ਐਲਜੀ ਸਾਹਿਬ ਉਹਦੇ ਇੰਟਰਵਿਊ ਕਰਕੇ ਉਹਦੀ ਮੀਟਿੰਗ ਬੁਲਾ ਕੇ, ਕਿਉਂਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ, ਪਿਛਲੇ ਕਈ ਸਾਲਾਂ ਉਹਦਾ ਇਲਾਜ ਚੱਲਦਾ ਹੈ ਔਰ 28 ਸਾਲ ਉਹਨੂੰ ਹੋ ਵੀ ਗਏ। ਮੈਂ ਬੇਨਤੀ ਕੀਤੀ ਕਿ ਉਹਦਾ ਜਿਹੜਾ ਮਾਮਲਾ ਹੈ ਉਹ ਕੰਸਿਡਰ ਕਰਕੇ ਉਹਦੀ ਜਿਹੜੀ ਸਜ਼ਾ ਹੈ ਉਹਨੂੰ ਮਾਫ਼ ਕਰਕੇ ਉਹਨੂੰ ਰਿਹਾਈ ਦਿੱਤੀ ਜਾਏ, ਕਿਉਂਕਿ ਉਹਦੀ ਨਾ ਮਾਨਸਿਕ ਨਾ ਸਰੀਰਕ ਹਾਲਤ ਇਹੋ ਜਿਹੀ ਨਹੀਂ ਕਿ ਉਹ ਹੁਣ ਜੇਲ੍ਹ 'ਚ ਰਹਿ ਸਕਦਾ ਹੈ ਔਰ ਜਿੰਨੇ ਵੀ ਕਾਨੂੰਨੀ ਦਾਇਰੇ ਨੇ ਉਹਦੇ 'ਚ ਪੂਰਾ ਉਤਰਦਾ ਹੈ ਔਰ ਐਲਜੀ ਸਾਹਿਬ ਨੇ ਉਹਨੂੰ ਸ਼ੋਰ ਕੀਤਾ ਹੈ ਕਿ ਉਹ ਇਹ ਮਾਮਲਾ ਦਿੱਲੀ ਸਰਕਾਰ ਕੋਲ ਲੈ ਕੇ ਜਾਣ।